ਹਾਂਜੀ ਬੱਲੇ ਬੱਲੇ ਫਿਲਮਸ ਐਂਡ ਰਿਕਾਰਡਸ ਤੋਂ ਮੈਂ ਰਾਜੇਸ਼ ਚੋਪੜਾ ਜੀ। ਮੈਂ ਅੱਜ ਪਹੁੰਚਿਆ ਪਿੰਡ ਦਸਾਰਨੇ ਦੇ ਵਿੱਚ ਔਰ ਮਾਸਟਰ ਜੀ ਦਾ ਘਰ ਹੈ। ਮੈਂ ਨਾ ਇੱਥੇ ਤੋਂ ਅੱਜ ਤੁਹਾਨੂੰ ਦਿਖਾਉਣਾ ਜੀ ਬੇਰੜੇ ਦੀ ਰੋਟੀ ਪੱਕਦੀ, ਹਾਂਜੀ ਜਿਹਨੂੰ ਪਾਣੀ ਹੱਥੀ ਰੋਟੀ ਵੀ ਕਹਿ ਦਿੰਦੇ ਆ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਉਹ ਵਾਹ ਵੀ ਵਾਹ, ਦੇਖੋ ਜੀ ਸੀਨ ਪਹਿਲਾਂ 5310 ਜੌਂਡੀਅਰ। ਉਹ ਵਾਹ ਜੀ ਵਾਹ, ਕੀ ਹਾਲ ਹੈ ਤੇਰਾ? ਠੀਕ ਹੈ? ਕਿਆ ਨਾਮ ਤੇਰਾ? ਸਕੂਲੇ ਜਾਂਦਾ ਹੁੰਦਾ? ਜਾਂਦਾ ਹੁੰਦਾ? ਕਿਹੜੀ ਕਲਾਸ 'ਚ? ਦੂਈ ਕਲਾਸ ਮੈਂ ਹੋ ਗਿਆ। ਤੂੰ ਐਡਾ ਬੜਾ ਹੋ ਗਿਆ ਤੂੰ? ਆਹ ਦੇਖੋ ਜੀ ਛੋਟਾ ਜਿਹਾ ਬੱਚਾ ਜੀ ਟਰੈਕਟਰ ਚੱਕੀ ਫਿਰਦਾ, ਔਰ ਆਹ ਹੈ ਪਿੰਡਾਂ ਦੇ ਨਿਆਣੇ, ਨਜ਼ਾਰਾ ਗਿਆ। ਆ ਜੀ ਅੱਜ ਬਣਾਉਣੀ ਹੈ ਜੀ ਮਾਸਟਰ ਜੀ ਆਪਾਂ ਪਾਣੀ ਹੱਥੀ ਰੋਟੀ। ਅੱਛਾ ਜੀ, ਹੈ ਪਿਛਲੀ ਵਾਰੀ ਗੱਲ ਹੋਈ ਸੀ ਨਾ ਆਪਣੀ ਪਾਣੀ ਹੱਥੀ ਰੋਟੀ ਪੱਕੂਗੀ, ਹਾਂਜੀ ਅੱਜ ਪੱਕੂਗੀ? ਹਾਂਜੀ ਪੱਕੀ। ਓ ਵਾਹ ਜੀ ਵਾਹ, ਦੇਖੋ ਜੀ ਪਿਆਰ ਮੁਹੱਬਤ ਮਿਲਦਾ। ਇੱਧਰਲੇ ਪਾਸੇ ਇੱਥੇ ਬਣੂਗੀ ਕਿ ਕਿਤੇ ਅੰਦਰ ਬਣੂਗੀ? ਇੱਥੇ ਬਣਾਉਂਗੇ। ਆਹ ਦੇਖੋ ਜੀ ਦੇਸੀ ਵਿਰਸਾ, ਹਾਂਜੀ ਚੁੱਲ੍ਹੇ 'ਤੇ ਬਣੂਗੀ ਔਰ ਘਰ ਦੇ ਬਣਾਉਣਗੇ। ਆਹ ਦੇਖੋ ਜੀ ਦੌਰੀ ਪਈ ਹੈ, ਮੈਂ ਅੰਦਰ ਵੜ ਗਿਆ ਜੀ ਸਿੱਧੇ ਹੀ ਘਰ ਦੇ। ਆਹ ਦੇਖੋ ਦੌਰੀ ਪਈ ਹੈ, ਦੌਰੀ 'ਚ ਕਿਆ ਕੁੱਟਿਆ ਜੀ? ਹੈ ਜੀ ਆਹ ਦੇਖੋ ਜੀ ਦੌਰੀ ਦੇ ਵਿੱਚ ਚਟਣੀ ਕੁੱਟੀ ਜਾਂਦੀ ਹੈ। ਤੁਸੀਂ ਵੀ ਦੱਸਿਓ ਕਮੈਂਟ ਕਰਕੇ ਜੇਕਰ ਤੁਹਾਡੇ ਦੌਰੀ 'ਚ ਕੁੱਟੀ ਜਾਂਦੀ। ਆਹ ਪਿਆ ਜੀ ਸੋਟਾ, ਵਿਰਾਸਤੀ ਚੀਜ਼ਾਂ ਲੱਭ ਰਹੀਆਂ ਜੀ ਪਿੰਡਾਂ ਵਿੱਚ ਲੱਭਦੀਆਂ। ਆਹ ਦੇਖੋ ਜੀ ਆਹ ਦੌਰੀ, ਇਹਨੂੰ ਦੌਰੀ ਵੀ ਕਹਿੰਦੇ, ਕੁੰਡੀ ਵੀ ਕਹਿ ਦਿੰਦੇ ਆ, ਕੁੰਡੀ ਸੋਟਾ ਵੀ ਕਹਿ ਦਿੰਦੇ ਆ। ਮਾਸਟਰ ਜੀ ਕਿਆ ਕਹਿੰਦੇ ਤੁਹਾਡੇ ਇਹਨੂੰ? ਦੌਰੀ ਨਹੀਂ ਕਹਿੰਦੇ? ਉਹ ਸਾਡੇ ਯਾਰ ਦੌਰੀ ਵੀ ਕਹਿੰਦੇ ਇਹਨੂੰ। ਆਹ ਦੇਖੋ ਜੀ ਲੱਕੜਾਂ ਗਿਆ। ਸਤਿ ਸ਼੍ਰੀ ਅਕਾਲ ਜੀ, ਵਾਜ ਵਾਜ, ਅੱਜ ਖਿਲਾਉਂਗੇ ਸਾਨੂੰ ਹਾਂਜੀ ਪਾਣੀ ਹੱਥੀ ਰੋਟੀਆਂ। ਆਹ ਦੇਖੋ ਜੀ ਆ ਗਿਆ ਜੀ ਪਾਥੀਆਂ, ਆ ਗਿਆ ਜੀ ਲੱਕੜਾਂ। ਵਾਹ ਜੀ ਵਾਹ, ਉਹ ਪੁਰਾਣੀਆਂ ਬੁੜੀਆਂ ਕਹਿੰਦੇ ਹੁੰਦੇ ਸੀ ਲੂਣ ਤੇਲ ਲੱਕੜੀਆਂ, ਹੈਨਾ ਜੀ? ਉਹਨਾਂ ਨੂੰ ਪੁੱਛੋ ਜੀ ਕਿਆ ਰੌਲਾ, ਕਹਿੰਦੇ ਲੂਣ ਤੇਲ ਲੱਕੜੀਆਂ ਦਾ ਰੌਲਾ। ਵਾਹ ਜੀ ਵਾਹ, ਆਹ ਦੇਖੋ ਜੀ ਹੁਣ ਬਣਨਗੀਆਂ ਜੀ ਪਾਣੀ ਹੱਥੀ ਰੋਟੀਆਂ। ਅੱਛਾ ਦੌਰੀ ਨਹੀਂ ਕਹਿੰਦੇ ਤੁਹਾਡੇ? ਹੈ ਤੁਸੀਂ ਦੌਰੀ ਕਹਿੰਦੇ ਹੁੰਦੇ ਸੀ, ਕਿਆ ਕਹਿੰਦੇ ਸੀ? ਅੱਛਾ ਇਹ ਫਿਰ ਅਸੀਂ ਸਾਡੇ ਜਿਹੜੇ ਬਜ਼ੁਰਗ ਆਏ ਨਾ ਜੀ ਉੱਧਰ ਤੇ ਪਾਕਿਸਤਾਨ ਤੇ, ਉਹ ਦੌਰੀ ਸੋਟਾ ਕਹਿ ਦਿੰਦੇ ਸੀਗੇ, ਇੱਧਰ ਕੁੰਡੀ ਸੋਟਾ ਜ਼ਿਆਦਾ ਕਹਿੰਦੇ ਆ। ਕਮੈਂਟ ਕਰੋ ਜੀ ਸਰੋਤਿਓ, ਦੌਰੀ ਸੋਟਾ ਵੀ ਇੱਕ ਸ਼ਬਦ ਹੈ ਵੀ ਦੌਰੀ ਸੋਟਾ ਕਹਿੰਦੇ ਸੀਗੇ, ਕੁੰਡੀ ਸੋਟਾ ਕਹਿੰਦੇ ਸੀਗੇ? ਅੱਲਾ ਜੀ ਕਿਆ ਸੋਹਣਾ ਵਾਤਾਵਰਨ ਹੈ ਦਸਾਰਨੇ ਪਿੰਡ ਵਿੱਚ, ਅਸੀਂ ਆ ਗਏ, ਤਿਆਰੀਆਂ ਸ਼ੁਰੂ ਹੋ ਗਈਆਂ ਔਰ ਬੇਰੜੇ ਦੀ ਰੋਟੀ ਜਿਹੜੀ ਹੈ ਉਹ ਪੱਕਣੀ ਹੈ। ਇੰਨਾ ਪਿਆਰ ਮੁਹੱਬਤ ਕਿੱਥੇ ਲੱਭਣਾ ਜੀ? ਆ ਗਏ ਜੀ। ਓ ਵਾਹ ਜੀ ਵਾਹ ਵਾਹ ਜੀ, ਕੀ ਨਾਂ ਕੀ ਤੁਹਾਡਾ? ਬਲਜਿੰਦਰ ਕੌਰ ਜੀ। ਵਾਹ ਜੀ ਵਾਹ, ਇਹ ਬਣਾਉਣਗੇ ਜੀ ਪਾਣੀ ਹੱਥੀ ਰੋਟੀਆਂ। ਪਹਿਲਾਂ ਤਾਂ ਜਿਹੜੀ ਹੈ ਚੁੱਲ੍ਹ ਜਾਲਣ ਲੱਗੇ ਨੇ ਜੀ, ਪਾਥੀਆਂ ਵੀ ਆ ਗਈਆਂ। ਉਹ ਬੱਲੇ ਬੱਲੇ, ਆਹ ਚੀਜ਼ ਤਾਂ ਦਿਖਾਉਣੀ ਹੈ ਸੀ, ਇੱਦਾਂ ਹੁੰਦਾ ਕੰਮ ਜੀ। ਆਹ ਦੇਖੋ ਭੂਗਣ ਆ ਗਿਆ ਜੀ। ਉਹ ਬੱਲੇ 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 ਬੱਲੇ, ਆਹ ਦੇਖੋ ਇੱਦਾਂ ਹੁੰਦੀ ਗੱਲਬਾਤ ਹੈ। ਚਾਹ ਚੜ੍ਹ ਗਿਆ ਕਹਿੰਦੀ ਸਾਡੇ ਆਉਣ ਦਾ, ਔਰ ਰੋਟੀਆਂ ਬੜੇ ਸ਼ੌਂਕ ਨਾਲ ਬੜੇ ਚਾਹ ਨਾਲ ਬਣਾਉਣੀਆਂ। ਆਹ ਦੇਖੋ ਜੀ ਪਾਥੀਆਂ ਲੱਗ ਗਈਆਂ। ਉਹ ਵਾਹ ਜੀ ਵਾਹ, ਵਾਹ ਜੀ ਵਾਹ, ਬੱਲੇ ਬੱਲੇ ਬੱਲੇ। ਆਹ ਦੇਖੋ ਜੀ ਇਸ ਤਰੀਕੇ ਨਾਲ ਚੁੱਲ੍ਹ ਜਲਦੀ ਹੈ, ਮਜ਼ਾ ਆ ਗਿਆ ਜੀ। ਮਾਤਾ ਯਾਦ ਆ ਗਈ ਜੀ ਮੈਨੂੰ ਆਪਣੀ, ਉਹ ਇੱਦਾਂ ਕਰਕੇ ਲਾਉਂਦੀ ਹੁੰਦੀ ਸੀਗੀ। ਹੈਂ ਸਹੀ ਗੱਲ ਹੈ, ਹੈਂ ਇਸ ਤਰ੍ਹਾਂ ਕਰਕੇ ਉਹਨਾਂ ਨੇ ਲਾਉਣੀ ਲੱਕੜ, ਲਾਉਣੀ ਪਾਥੀਆਂ ਲਾਉਣੀਆਂ ਔਰ ਫਿਰ ਅੱਗ ਲਾਉਣੀ। ਅਸੀਂ ਕੋਲ ਬੈਠਣਾ ਬੋਰੀ 'ਤੇ, ਨਿਆਣੇ ਬੈਠਦੇ ਆ ਇੱਦਾਂ ਹੀ ਬਹਿ ਜਾਂਦੇ ਹਾਂ ਜੀ। ਹਾਂਜੀ ਅੱਛਾ ਬਾਹਰ ਜਿਹੜਾ ਗਿਆ ਕਿਆ ਕਹਿੰਦਾ? ਉਹ ਕਹਿੰਦਾ ਵੀ ਉੱਥੇ ਬਣ ਜਾ ਤੂੰ, ਉਰੇ ਅਸੀਂ ਬੈਠਣਾ।
ਰੋਹੀ ਵਿੱਚ ਤੂੰ ਬੈਠਦੀ ਹੁੰਦੀ ਹੈ ਨਾ ਸਿਆਲੇ 'ਚ, ਰੋਹੀ ਸਾਨੂੰ ਬਿਠਾਲ ਦਿੰਦੀ ਆ, ਇਹ ਮਖੌਲ ਕਰਨ ਲੱਗ ਪੈਂਦਾ। ਦੇਖੋ ਜੀ, ਜੀਆਂ ਨਾਲ ਰੌਣਕਾਂ ਹੁੰਦੀਆਂ ਨੇ ਜੀ, ਔਰ ਇਹ ਜਲਾਉਣ ਲੱਗੇ ਨੇ ਜੀ, ਹੁਣ ਚੁੱਲ੍ਹ ਜਲਣ ਲੱਗੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਇੱਕ ਕੱਪੜਾ ਜਿਹਾ ਲਾਤਾ ਮਾੜਾ ਜਿਹਾ, ਹੈ ਇਹਦੇ ਨਾਲ ਛੇਤੀ ਬਲ ਜੂਗੀ। ਅੱਛਾ, ਇੱਧਰਲੇ ਪਾਸੇ ਪੱਕਦੀ ਹੈ। ਆਹ ਦੇਖੋ ਜੀ, ਤਵੀ ਰੱਖਤੀ ਜੀ, ਔਰ ਜਿਹੜੀ ਹੈ ਅੰਗੀਠੀ ਜਿਹੜੀ ਹੈ ਉਹ ਜਾਲਤੀ ਮਚਾਤੀ, ਬੜੀ ਛੇਤੀ ਮਚਾਤੀ ਤੁਸੀਂ। ਮੈਂ ਤਾਂ ਐਵੇਂ ਸੰਘਰਸ਼ ਕਰਦਾ ਰਹਿੰਦਾ, ਕਈ ਵਾਰੀ ਮੈਂ ਕੋਸ਼ਿਸ਼ ਕਰਦਾ ਨਾ ਜੀ, ਤੰਦੂਰ ਜਿਹਾ ਰੱਖਿਆ ਹੋਇਆ ਮੈਂ ਛੋਟਾ ਜਿਹਾ ਇੱਕ। ਅੱਛਾ, ਆਹ ਤੁਸੀਂ ਬੜਾ ਸੋਹਣਾ ਸਿਸਟਮ ਰੱਖਿਆ ਵੀ ਲੀਰ ਜੀ ਰੱਖਦੀ ਵਿੱਚ ਇੱਕ, ਹੈ ਨਾ? ਹਾਂ, ਜਿਹਦੇ ਨਾਲ ਛੇਤੀ ਜਾ ਛੇਤੀ ਬਣ ਜਾਂਦੀ ਹੈ ਜੀ। ਅਰੇ ਵਾਹ ਜੀ ਵਾਹ। ਆਹ ਦੇਖੋ ਜੀ, ਸ਼ੁਰੂ ਹੋਣ ਲੱਗਿਆ ਜੀ। ਤੁਹਾਨੂੰ ਅੱਜ ਦਿਖਾਉਣੀ ਹੈ ਸਰੋਤਿਓ, ਬੇਰੜੇ ਵਾਲੀਆਂ ਰੋਟੀਆਂ, ਜਾਂ ਜਿਹਨੂੰ ਜ਼ਿਆਦਾ ਪਿਆਰ ਨਾਲ ਕਿਹਾ ਜਾਂਦਾ ਹੈ ਉਹ ਪਾਣੀ ਹੱਥੀ ਰੋਟੀਆਂ ਨਾ ਜੀ। ਹੈਂ, ਪਾਣੀ ਹੱਥੀ ਰੋਟੀਆਂ। ਕੌਣ ਕੌਣ ਖਾਣ ਦਾ ਸ਼ੌਕੀਨ ਹੈ ਘਰ ਵਿੱਚ? ਇਹਨਾਂ ਨੂੰ ਜ਼ਿਆਦਾ ਸ਼ੌਕੀਨ ਹੈ ਜੀ। ਹਾਂ, ਮਾਸਟਰ ਜੀ ਖਾ ਲੈਂਦੇ ਆ। ਹਾਂਜੀ, ਮਾਸਟਰ ਜੀ ਨੂੰ ਜ਼ਿਆਦਾ ਸ਼ੌਂਕ ਹੈ, ਇਹਨੂੰ ਜ਼ਿਆਦਾ। ਇਹਨਾਂ ਨੇ ਜਦ ਵੀ ਕਹਿੰਦੇ, ਕਹਿੰਦੇ ਮੈਂ ਤਾਂ ਦੋ ਦੀਆਂ ਕਈ ਵਾਰ ਚਾਰ ਵੀ। ਹਾਂਜੀ, ਖਾ ਲੈਂਦੇ ਨੇ, ਚਾਰ ਵੀ ਖਾ ਲੈਂਦੇ, ਸਵਾਦ ਵਿੱਚ ਖਾਈ ਜਾਂਦੀ ਹੈ। ਮਾਸਟਰ ਜੀ ਕਿਆ ਕਹਿੰਦੇ ਤੁਸੀਂ, ਉੱਪਰ ਰੋਟੀ ਮੋਟੀ ਮੋਟੀ ਬੇਰੜੀ ਦੀ ਬਣੀ ਹੋਵੇ ਪਾਣੀ ਹੱਥੀ, ਉੱਪਰ ਉੱਪਰ ਮੱਖਣੀ, ਬਾਬੇ ਚੱਕ ਹੁੰਦਾ ਜੀ ਕੰਮ ਹੈ ਨਾਲ, ਫਿਰ ਕਿਆ ਚਟਣੀ ਨਾਲ? ਚਟਣੀ ਕਾਹਨੂੰ ਜੀ, ਚਾਹੇ ਗਠਾ ਲੈ ਲਓ, ਦਹੀਂ ਲੈ ਲਓ, ਬਸ ਹਰਾ ਨੂਣ ਮਿਰਚ ਪਾ ਕੇ, ਅੰਬ ਦਾ ਅਚਾਰ, ਅਸਰੂਣਾ ਜਿਹਾ ਕਰਕੇ ਉਹਨੂੰ। ਹਾਂ ਜੀ, ਫਿਰ ਕਿੰਨੀਆਂ ਕੁ? ਬਸ ਚਾਰ ਵੀ ਫੈਡ ਹੋ ਜੀ, ਮੈਂ ਤਿੰਨ ਫੈਡ ਹੋ ਗਈਆਂ ਜਿੰਨੀਆਂ ਜਿੰਨੀਆਂ ਮਰਜ਼ੀ। ਓ ਵਾਹ ਜੀ ਵਾਹ। ਦੇਖੋ ਜੀ, ਤਾਂ ਹੀ ਸਿਹਤਾਂ ਕਾਇਮ ਰਹਿੰਦੀਆਂ ਸੀਗੀਆਂ ਪਹਿਲਾਂ। ਅਤੇ ਹੋਰ ਇਹਦੇ ਵਿੱਚ ਕਿਆ ਕਿਆ ਫਿਰ ਪਾਉਂਦੇ ਜੀ ਆਪਾਂ? ਕਿੰਨਾ ਆਟਾ ਅਤੇ ਕਿੰਨਾ ਦੂਜਾ ਛੋਲਿਆਂ ਦਾ? ਕਿਆ ਮਨਦੀਪ ਲੈ ਚੱਕ ਕੇ ਖਾਣਾ ਪੁੱਤਰ? ਆਟਾ ਗੁੰਨ ਲਿਆ ਤੁਸੀਂ? ਉਹਨੂੰ ਕਿੰਨੀ ਦੇਰ ਰੱਖਣਾ ਪੈਂਦਾ? ਗੁੰਨ ਕੇ ਥੋੜ੍ਹੀ ਦੇਰ ਛੱਡਣਾ ਪੈਂਦਾ, ਰੱਖ ਲੈਂਦੇ ਹਾਂ ਜੀ, ਚੱਕਣੀ ਜੀ ਭਿੱਜ ਜਾਂਦੀ ਹੈ। ਆਹ ਦੇਖੋ ਜੀ, ਤਿਆਰ ਉੱਪਰ ਤਿਆਰ ਪਿਆ ਕੰਮ, ਆਟਾ ਆ ਗਿਆ ਜੀ। ਓ ਵਾਹ ਜੀ ਵਾਹ। ਆਹ ਦੇਖੋ ਜੀ, ਆਹ ਕਰੋ ਜੀ ਇੰਤਜ਼ਾਰ। ਵਾਹ ਜੀ ਵਾਹ। ਤਕਰੀਬਨ ਤਕਰੀਬਨ ਘਰ ਚ ਹੈ। ਵਾਹ ਜੀ ਵਾਹ। ਦੇਖੋ ਜੀ, ਆਹ ਬਣਨ ਲੱਗੀਆਂ ਜੀ। ਦੇਖੋ ਜੀ, ਘਿਓ ਵੀ ਆ ਗਿਆ, ਅੰਬ ਦਾ ਚਾਰ ਵੀ ਆ ਜਾਣਾ ਨਾ ਜੀ, ਉਹਦੇ ਤਿਆਰ ਹੈ ਜੀ ਕੰਮ, ਤਾਂ ਸੇਕ ਲੱਗ ਗਿਆ, ਮਚਗੀ ਮਚਗੀ ਵੀ ਅੱਗ ਮਚਗੀ, ਬੱਲੇ 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 ਬੱਲੇ, ਆਹ ਹੁੰਦਾ ਤਰੀਕਾ, ਹੈਂ ਦਵਾ ਦੇ ਝਿੰਗਾ ਮਾੜੀ ਜਿਹੀ ਲਾਈਆਂ। ਵਾਹ ਜੀ ਵਾਹ, ਵਾਹ ਜੀ ਵਾਹ। ਹਾਜ਼ਰੀ ਦੀ ਰੋਟੀ, ਹਾਂਜੀ ਪਾਣੀ ਹੱਥੀ ਰੋਟੀ, ਨਜ਼ਾਰਾ ਜਾਂਦਾ। ਆ ਜੀ, ਆਹ ਦੇਖੋ ਜੀ, ਹੋ ਰਿਹਾ ਤਵਾ ਗਰਮ, ਬੱਲੇ ਬੱਲੇ ਬੱਲੇ। ਆਟਾ ਮੈਨੂੰ ਬੜਾ ਉਹ ਲੱਗਿਆ, ਰੰਗ ਇਹਦਾ ਆਟੇ ਦਾ, ਹੈ ਨਾ, ਛੋਲਿਆਂ ਦਾ ਆਟਾ ਪੈ ਗਿਆ ਵਿੱਚ ਤੇ ਕਣਕ ਦਾ ਆਟਾ ਪੈ ਗਿਆ ਵਿੱਚ। ਤੁਸੀਂ ਪਿਆਜ਼ ਗੱਠਾ ਵੀ ਕੱਟ ਕੇ ਪਾਇਆ ਤੇ ਨਾਲ ਥੋੜ੍ਹਾ ਜਿਹਾ ਨਮਕ ਵੀ ਪੈ ਗਿਆ ਵਿੱਚ, ਹੈ? ਵਾਹ ਜੀ ਵਾਹ। ਅਸਲੀ ਤਾਂ ਗੱਲ ਹੁਣ ਸ਼ੁਰੂ ਹੋਣੀ ਹੈ ਜਦ ਪਾਣੀ ਹੱਥ ਲੱਗ ਕੇ ਪੱਕਣੀ ਹੈ, ਮੈਂ ਤਾਂ ਉਹ ਚੀਜ਼ ਦੇਖਣ ਨੂੰ ਉਡੀਕ ਕਰ ਰਿਹਾ। ਲਓ ਜੀ, ਆ ਕੇ ਆ ਗਿਆ ਜੀ, ਆਹ ਮੱਖਣੀ ਵੀ ਆ ਗਈ। ਲਓ ਜੀ, ਮੱਖਣੀ ਆ ਗਈ, ਅੰਬ ਦਾ ਚਾਰ ਆ ਗਿਆ, ਹੋਰ ਕਿਆ ਆਊਗਾ, ਦਹੀਂ ਵੀ ਆਊਗਾ। ਆਹ ਦੇਖੋ ਜੀ, ਪਾਣੀ ਆ ਗਿਆ, ਪਾਣੀ ਲੱਗ ਗਿਆ ਜੀ ਹੱਥਾਂ ਨੂੰ। ਉਹ ਲਓ ਜੀ, ਪੇੜਾ ਭਰ ਲਿਆ ਜੀ, ਬੱਲੇ 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 ਬੱਲੇ, ਉਹ ਬੱਲੇ ਉਹ ਬੱਲੇ। ਆਹ ਦੇਖੋ ਜੀ, ਬਣਦੀ ਪਾਣੀ ਹੱਥੀ ਰੋਟੀ, ਜਿਹਨੂੰ ਕਹਿੰਦੇ ਬੇਰੜੇ ਦੀ ਰੋਟੀ, ਪੂਰੀ ਤਾਕਤ ਦੀ ਭਰੀ ਹੁੰਦੀ ਹੈ ਇਹ, ਹੈਂਜੀ। ਵਾਹ ਜੀ ਵਾਹ, ਵਾਹ ਜੀ ਵਾਹ।
ਘੇ ਵੀ ਲੱਗ ਜਾਂਦਾ ਤੇ ਪਾਣੀ ਵੀ ਲੱਗ ਜਾਂਦਾ ਹੈ ਨਾ ਜੀ। ਬੱਲੇ ਬੱਲੇ ਬੱਲੇ, ਆਹ ਦੇਖੋ ਜੀ ਏਦਾਂ ਹੁੰਦਾ ਕੰਮ, ਆਹ ਦੇਖੋ ਤਪਤੀ ਯਾਦ ਆ ਗਈ ਨਾ ਜੀ, ਦਾਦੀ ਮਾਮੀ ਉਹ ਬੱਲੇ ਮਾਂ ਯਾਦ ਆ ਗਈ, ਦਾਦੀ ਯਾਦ ਆ ਗਈ, ਆਹ ਦੇਖੋ ਬੜੀ ਛੇਤੀ ਤਾਂ ਬੜੇ ਆਰਾਮ ਨਾਲ ਫੈਲ ਗਈ ਦਵਾ ਦਵਾ ਹੈ। ਲਓ ਜੀ ਆ ਗਈ ਜੀ, ਹੁਣ ਬਣ ਕੇ ਇਹ ਤਿਆਰ ਹੋ ਕੇ ਤਵੇ ਪਰ, ਆਹ ਦੇਖੋ ਜੀ ਏਦਾਂ ਹੁੰਦਾ ਸੀ ਕੰਮ ਜੀ। ਬਜ਼ੁਰਗ ਖਾਂਦੇ ਸੀਗੇ, ਹੈਂ ਮਾਵਾਂ ਪਕਾਉਂਦੀਆਂ ਸੀਗੀਆਂ, ਛੱਡ ਗਏ ਅਸੀਂ ਸਾਰਾ ਕੁਛ, ਹੈਂ ਛੱਡ ਗਏ, ਦੁਬਾਰਾ ਫੜਨਾ ਪੈਣਾ ਤਾਂ ਹੀ ਬਚੂੰਗੇ ਜੇ ਸਿਹਤ ਦਾ ਰੱਖਣਾ ਖਿਆਲ। ਆਹ ਦੇਖੋ ਜੀ ਪੇੜਾ ਲੈਣ ਦਾ ਤਰੀਕਾ, ਆਹ ਦੇਖੋ ਜੀ, ਆਹ ਦੇਖੋ ਜੀ, ਵਾਹ ਜੀ ਵਾਹ। ਪਾਣੀ ਹੱਥੀ ਰੋਟੀ, ਤਾਕਤ ਉਦਾਰ ਰੋਟੀ ਹੈ ਨਾ, ਪੂਰੀ ਤਾਕਤ ਇਹਦੇ ਵਿੱਚ, ਛੋਲਿਆਂ ਦਾ ਆਟਾ ਹੋ ਗਿਆ, ਕਣਕ ਦਾ ਆਟਾ ਹੋ ਗਿਆ, ਔਰ ਮੋਟੀ ਮੋਟੀ ਪੱਕਣੀ ਹੈ ਨਾ ਜੀ, ਹੈਂ। ਆਹ ਦੇਖੋ ਜੀ ਤਵੇ 'ਤੇ ਚੱਲ ਰਿਹਾ ਕੰਮ, ਔਰ ਬਣ ਰਹੀ ਹੈ ਬੇਰੜੇ ਦੀ ਰੋਟੀ। ਆਹ ਮੱਖਣੀ, ਅਚਾਰ, ਦਹੀਂ, ਆਹ ਦੇਖੋ ਜੀ ਦੇਸੀ ਅੰਗੀਠੀ ਚੱਲ ਰਹੀ ਹੈ, ਤਵੀ ਹੋ ਗਈ ਗਰਮ, ਔਰ ਆਹ ਚਿਮਟਾ, ਆਹ ਪਾਥੀਆਂ, ਆਹ ਪਿਆਰ, ਆ ਮੁਹੱਬਤ ਕਿੱਥੇ ਲੱਭਣੀ ਹੈ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ, ਤੁਸੀਂ ਸਾਨੂੰ, ਤੁਹਾਨੂੰ ਸਰੋਤੇ ਦੇਖ ਰਹੇ ਨੇ ਸਾਡੇ ਦੂਰ ਦੂਰ ਤੱਕ, ਅਮਰੀਕਾ, ਕਨੇਡਾ, ਇੰਗਲੈਂਡ, ਪਤਾ ਨਹੀਂ ਕਿੱਥੇ ਕਿੱਥੇ ਦੇ। ਆਹ ਦੇਖੋ ਜੀ ਹਾਸਾ ਹਾਸਾ ਦੇਖੋ ਜੀ ਚਿਹਰੇ 'ਤੇ, ਹੈਂ ਆਹ ਦੇਖੋ, ਆਹ ਲਓ ਜੀ ਆਹ ਪਹਿਲੀ ਵਾਰੀ ਥੁੱਲਤੀ ਇਹਦੇ ਪਰ, ਹੁਣ ਘਿਓ ਘਿਓ ਵੀ ਲਾਉਣਾ ਉੱਪਰ, ਕੁਛ ਕਹਿ ਦੇ ਇਹਨੇ ਪੱਕਣਾ, ਇੱਦਾਂ ਹੀ ਪੱਕੂਗੀ। ਅੱਛਾ ਚੰਗੀ ਗੱਲ ਆ, ਸਗੋਂ ਮਾਂ ਦੇ ਦਰਸ਼ਨ ਹੋਣਗੇ, ਮਾਂ ਹੱਸਦੀ ਦਿਖੇ ਤਾਂ ਹੋਰ ਕਿਆ ਚਾਹੀਦਾ, ਸਭ ਤੋਂ ਵੱਡੀ ਖੁਸ਼ੀ ਜਹਾਨ ਦੀ ਆਹੀ ਹੈ। ਹਾਂਜੀ ਇਹਨਾਂ ਦੀ ਗਈ ਵੀਡੀਓ ਤੇ ਮੇਰੀ ਬੇਟੀ ਵੇਖ ਗਈ ਮਟਾਵਰ, ਅੱਛਾ ਵੀ ਨਾਨ ਦਈ ਤਲੀ, ਅੱਛਾ ਉਹ ਦੇਖ ਕੇ ਬਹੁਤ ਉਹ ਹੋਈ, ਅੱਛਾ ਮਾਸੜ ਜੀ ਦੀਆਂ ਗੱਲਾਂ ਉਹ ਵੀ ਰਹੀਆਂ ਦੇਖ ਲਈ, ਤੇ ਉਹ ਉਹ ਵੀਡੀਓ ਬਹੁਤ ਲੋਕਾਂ ਨੇ ਦੂਰ ਦੂਰ ਤੱਕ ਦੇਖਿਆ, ਉਹ ਵੀਡੀਓ ਬਣਿਆ ਤਾਂ ਹੀ ਮੈਂ ਜਾ ਗਿਆ ਤੁਹਾਡੇ ਕੋਲ, ਉਦੋਂ ਮਾਸਟਰ ਜੀ ਨੇ ਕਿਹਾ ਸੀ ਕਹਿੰਦੇ ਵੀ ਖਿਲਾਵਾਂਗੇ ਤੁਹਾਨੂੰ, ਹਾਂਜੀ ਪਾਣੀ ਅਤੀ ਰੋਟੀਆਂ, ਅਸੀਂ ਆ ਗਏ ਖਾਣ। ਦੇਖੋ ਤੁਸੀਂ ਬੜੇ ਪਿਆਰ ਨਾਲ ਪਕਾ ਰਹੇ ਹੋ, ਬੜਾ ਮਜ਼ਾ ਆਏਗਾ ਜੀ। ਔਰ ਦੇਖੋ ਜੀ ਆਹ ਗੰਢਾ ਵੀ ਆ ਗਿਆ, ਹਾਂਜੀ, ਔਰ ਅਚਾਰ ਆ ਗਿਆ, ਮੱਖਣੀ ਆ ਗਈ, ਦਹੀਂ ਆ ਗਿਆ, ਰੋਟੀ ਰਹੀ ਹੈ ਪੱਕ ਨਜ਼ਾਰੇਦਾਰ। ਆਹ ਦੇਖੋ ਜੀ ਤਵੇ ਪਰ, ਬਹੁਤ ਵਧੀਆ ਬਹੁਤ ਵਧੀਆ। ਆਹ ਦੇਖੋ ਜੀ ਇੱਦਾਂ ਹੁੰਦਾ ਕੰਮ, ਆਹ ਲਓ ਜੀ ਆਹ ਦੇਖੋ ਕਿੱਦਾਂ ਫੈਲਦੀ ਰੋਟੀ, ਹਾਂਜੀ ਇਹ ਆਟਾ ਥੋੜ੍ਹੀ ਦੇਰ ਰੱਖਣਾ ਪੈਂਦਾ ਹੈ ਨਾ, ਤਾਂ ਇੱਦਾਂ ਬਣਦੀ ਗੱਲ, ਨਰਮ ਵਿੱਚ ਜਾਂਦੀ ਹੈ। ਅੱਛਾ 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 ਅੱਛਾ, ਆਹ ਦੇਖੋ ਜੀ ਜਗ੍ਹਾ ਬਣ ਗਈ ਤਵੀ ਦੇ ਉੱਪਰ ਹੋਰ, ਔਰ ਇਹ ਲੱਗ ਗਿਆ ਜੀ ਉੱਪਰ, ਔਰ ਇਹ ਹੁਣ ਚੱਲੀ ਤਵੇ ਪਰ, ਮੋਟੀ ਮੋਟੀ ਰਹਿਣੀ ਹੈ, ਹਾਂਜੀ ਥੋੜ੍ਹੀ ਜਿਹੀ ਦੂਈ ਨਾਲ ਮੋਟੀ ਰਹਿੰਦੀ, ਹਾਂ ਦੂਈ ਨਾਲ ਮੋਟੀ ਰਹਿੰਦੀ ਹੈ ਪਰ ਮੋਟੀ ਮੋਟੀ ਉਹ ਸਵਾਦ ਲੱਗਦੀ ਹੈ ਨਾ। ਵਾਹ ਜੀ ਵਾਹ, ਆਹ ਦੇਖੋ ਜੀ ਧਰਤਾ ਜੀ ਤਵੇ 'ਤੇ, ਦੇਸੀ ਸਟਾਈਲ ਦਾ ਚੁੱਲ੍ਹਾ, ਹਾਂਜੀ ਦੇਸੀ ਸਟਾਈਲ ਦੀ ਮਾਂ ਸਾਡੀ ਲੱਗੀ ਹੋਈ ਪਕਾਉਣ, ਨਜ਼ਾਰਾ ਗਿਆ ਆ ਜੀ, ਖਾਵਾਂਗੇ ਜੀ ਖਾਵਾਂਗੇ ਖਾਵਾਂਗੇ ਖਾਵਾਂਗੇ, ਨਾਲੇ ਸਰੋਤਿਆਂ ਨੂੰ ਦੱਸਾਂਗੇ ਇੱਦਾਂ ਬਣਦੇ ਆ ਜੀ, ਤੁਸੀਂ ਵੀ ਬਣਾਉਣੀਆਂ ਜ਼ਰੂਰ ਹੈ, ਹਾਂਜੀ ਦੇਸੀ ਚੁੱਲ੍ਹੇ ਉਹਦੇ ਪਰ ਗੈਸ ਪਰ ਵੀ ਬਣ ਜੂਗੀ, ਹਾਂਜੀ ਹਾਂਜੀ ਗੈਸ ਪਰ ਵੀ ਬਣਾ ਸਕਦੇ ਹੋ ਤੁਸੀਂ, ਜੇਕਰ ਤੁਸੀਂ ਹੁਣ ਮਾਡਰਨ ਹੋ ਗਏ ਨਾ ਜੀ, ਹੁਣ ਨਹੀਂ ਕਿਤੇ ਕਿਸੇ ਕੋਲ ਇਸ ਤਰ੍ਹਾਂ ਦੇਸੀ ਚੁੱਲ੍ਹਾ, ਨਹੀਂ ਤਾਂ ਫਿਰ ਦਸਾਰ ਨੇ ਆਉਣਾ ਪਊਗਾ ਨਾ ਜੀ, ਬਣਾ ਦੂੰਗੀ ਇੱਥੇ ਬਣਾ ਕੇ ਖਿਲਾ ਦੇਣਗੇ ਕਹਿੰਦੇ ਜੀ, ਬਲਜਿੰਦਰ ਕੌਰ ਜੀ ਕਹਿੰਦੇ ਇੱਥੇ ਬਣਾ ਕੇ ਖਿਲਾ ਦੇਣਗੇ, ਇੱਥੇ ਆ ਜਾਓ ਦਸਾਰ ਨੇ ਤੇ ਬਹੁਤਾ ਪੰਗਾ ਪੈ ਗਿਆ, ਹਾਂਜੀ ਆਹ ਦੇਖੋ ਜੀ ਪੱਕ ਰਹੀ ਆ ਸਿੱਧੀ, ਆਹ ਅਸਲੀ ਗੱਲ ਆ ਸਿੱਧੀ ਰਾੜ ਨਹੀਂ ਹੈ ਫਿਰ, ਹਾਂ ਸਿੱਧੇ ਸੇਕ ਪਰ ਵੀ ਰਾੜ ਨਹੀਂ ਹੈ ਅੰਦਰ। ਬੱਲੇ ਬੱਲੇ ਇੱਕ ਬੇਬੀ ਦੀ ਇੰਟਰਵਿਊ ਕਰੀ ਸੀ ਮੈਂ, ਉਹ ਕਹਿੰਦੀ ਸੀ ਬਾਅਦ 'ਚ ਅਸੀਂ ਫਿਰ ਅੱਗ ਪਰ ਵੀ ਰਾੜ ਦੇ ਇਹਨੂੰ, ਹਾਂਜੀ ਫਿਰ ਥੋੜ੍ਹੀ ਜਿਹੀ ਕੱਚੀ ਰਹਿੰਦੀ ਹੈ ਉੱਪਰ ਮੋਟੀ ਕਰਕੇ, ਹਾਂ 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 ਅੰਦਰ ਤਾਂ ਪੱਕ ਜਾਂਦੀ ਹੈ ਫਿਰ, ਅੰਦਰ ਪੱਕ ਜਾਂਦੀ ਹੈ। ਬੱਲੇ ਜੀ ਬੱਲੇ ਬੱਲੇ, ਆਹ ਦੇਖੋ ਜੀ
ਅੰਦਰ ਪਾ ਕੇ ਫਿਰ ਰਾੜਤੀ ਔਰ ਰੁੜੀ ਹੋਈ, ਜਦੋਂ ਤੁਸੀਂ ਅਚਾਰ ਲਾ ਕੇ ਮੱਖਣੀ ਲਾ ਕੇ ਖਾਣੀ ਹੈ, ਨਾਲ ਤੁਸੀਂ ਫਿਰ ਇੱਕ ਗੱਠੇ ਦੀ ਜਿਹੜੀ ਫਾੜੀ ਹੈ ਉਹ ਵੀ ਮੂੰਹ 'ਚ ਪਾਉਣੀ ਹੈ। ਆਹ ਦੇਖੋ ਜੀ ਪੇੜਾ ਚੱਕ ਲਿਆ ਖੋਰ। ਵਾਹ ਜੀ ਵਾਹ, ਬਹੁਤ ਵਧੀਆ ਬਹੁਤ ਵਧੀਆ। ਬੇਰੜੇ ਦੀਆਂ ਰੋਟੀਆਂ ਨੇ ਜੀ ਕਾਫੀ ਦੇਰ ਤੋਂ ਧਿਆਨ 'ਚ ਸੀਗੀਆਂ ਹੈਂ, ਔਰ ਅੱਜ ਤੁਸੀਂ ਬਣਾਤੀਆਂ ਹੈਂ, ਮਜ਼ਾ ਆ ਗਿਆ। ਇਹ ਸਾਡੇ ਸਰੋਤੇ ਵੀ ਕਹਿੰਦੇ ਸੀ ਤੁਸੀਂ ਹਰ ਵਾਰੀ ਗੱਲਾਂ ਕਰੀ ਜਾਂਦੇ, ਬੇਰੜਾ ਬੇਰੜਾ ਕਰੀ ਜਾਂਦੇ। ਆਹ ਦੇਖੋ ਜੀ ਪੱਕਦੀਆਂ ਬੇਰੜੇ ਦੀਆਂ ਰੋਟੀਆਂ ਹੈਂ ਜੀ। ਛੋਲਿਆਂ ਦਾ ਆਟਾ ਇੱਕ ਮੁੱਠੀ ਪਾ ਲੈਣਾ ਅਤੇ ਚਾਰ ਮੁੱਠੀਆਂ ਕਣਕ ਦੀਆਂ, ਹੈ ਨਾ ਜੀ ਐਡੇ ਜੀ ਕਣਕ ਦੇ ਆਟੇ ਦੀਆਂ। ਤਾਕਤ ਆਊਗੀ ਪੂਰੀ ਪੂਰੀ, ਔਰ ਮੋਟੀ ਰੋਟੀ ਹੋਊਗੀ, ਨਾਲ ਤੁਸੀਂ ਮੱਖਣ ਲਾ ਕੇ ਅਚਾਰ ਲਾ ਕੇ ਤੁਸੀਂ ਖਾਓਗੇ। ਇੱਕ ਰੋਟੀ ਵੱਧੇ ਖਾਓ ਜੂਗੀ, ਇੱਕ ਰੋਟੀ ਵੱਧੇ ਖਾਓ ਜਾ। ਦੇਖੋ ਮੈਨੂੰ ਤਾਂ ਦੇਖ ਦੇ ਕੇ ਭੁੱਖ ਲੱਗੀ ਜਾ ਰਹੀ ਆ, ਕਿਆ ਸੋਹਣਾ ਰੰਗ ਆ ਰਿਹਾ ਜੀ, ਕਿੰਨੀ ਸੋਹਣੀ ਪੱਕ ਰਹੀ ਹੈ। ਵਾਕਈ ਇੱਕ ਰੋਟੀ ਵੱਧੇ ਖਾਓ ਜੂਗੀ। ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਜਦੋਂ ਪਕਾਉਣੇ ਵਾਲੇ ਦਾ ਪਿਆਰ ਵਿੱਚ ਹੁੰਦਾ ਨਾਲ, ਫਿਰ ਰੋਟੀ ਹੋਰ ਵੀ ਸਵਾਦ ਲੱਗਦੀ ਆ। ਦੇਖੋ ਜੀ ਸਿੱਧੀ ਲਾਤੀ ਅੰਦਰ ਸੇਕ ਲੱਗਣ ਨੂੰ, ਰੜ ਜਾਣੀ ਹੇਠਾਂ ਸੇਕ ਨੂੰ ਲੱਗ ਰਿਹਾ। ਦੇਸੀ ਸਟਾਈਲ ਦੀ ਕਿਚਨ, ਦੇਸੀ ਵਿਰਸਾ, ਕਿਆ ਸੋਹਣੀਆਂ ਗੱਲਾਂ ਬਾਤਾਂ ਹੈ, ਹੱਸ ਕੇ ਕਰਨਾ ਕੰਮ, ਮਜ਼ੇਦਾਰ ਚੀਜ਼ਾਂ ਇਹ ਕਿੱਥੇ ਲੱਭਣੀਆਂ। ਹਾਂਜੀ ਬਾਹਰ ਚਲੇ ਗਏ ਕਨੇਡਾ ਅਮਰੀਕਾ ਵਾਲੇ, ਉਹ ਚੇਤੇ ਕਰਨਗੇ, ਉਹਨਾਂ ਦਾ ਦਿਲ ਕਰੂਗਾ ਜ਼ਰੂਰ। ਗਏ ਹੋਏ ਨਾ ਘਰ ਦੇ ਬੰਦੇ ਵੀ, ਮੈਨੂੰ ਪਤਾ ਬਾਹਰ ਹੈ ਉਹਨੇ ਕਹਿਣਾ ਯਾਰ ਮੈਂ ਕੋਲ ਨਹੀਂ ਬੈਠਾ ਹੋਇਆ, ਹੈ ਨਾ। ਕਰਿਓ ਕਮੈਂਟ ਕਰਕੇ ਦੱਸਿਓ, ਤੁਹਾਡਾ ਕਮੈਂਟ ਵੀ ਸਾਨੂੰ ਉਡੀਕ ਰਹਿਣੀ ਹੈ। ਹਾਂਜੀ ਵੀ ਦਿਲ ਕਰਦਾ ਵੀ ਇੱਥੇ ਬਹਿਣ ਨੂੰ ਆ ਕੇ ਮਾਤਾ ਜੀ ਦੇ ਕੋਲ, ਇੱਥੇ ਬਹਿੰਦੇ ਰਹੇ ਉਹ। ਦੇਖੋ ਤੁਹਾਡੀ ਰਸੋਈ ਤੁਹਾਨੂੰ ਦਿਖਾ ਰਹੇ ਹਾਂ ਜੀ, ਮਾਤਾ ਜੀ ਲੱਗੇ ਹੋਏ ਨੇ ਪਕਾਉਣ, ਔਰ ਤੁਹਾਡਾ ਦਿਲ ਕਰਨਾ ਵੀਡੀਓ ਦੇਖਣਾ ਤੁਸੀਂ, ਮੈਨੂੰ ਪਤਾ। ਔਰ ਫਿਰ ਤੁਸੀਂ ਕਹਿਣਾ ਯਾਰ ਮੈਂ ਵੀ ਇੱਥੇ ਬੈਠਾ ਹੁੰਦਾ, ਹੈ ਨਾ। ਕੋਈ ਨਹੀਂ ਆਇਓ ਤੁਸੀਂ, ਮਖੌਲ ਕਰਨਾ ਸਿਆਲੇ 'ਚ ਹੈ। ਪਤਾ ਕਹਿੰਦਾ ਕੂਲਰ ਮੂਹਰੇ ਬਹਿ ਜਾਂਦੀ ਆ। ਅੱਛਾ ਹਾਂ, ਸਿਆਲੇ 'ਚ ਕਹਿੰਦਾ ਆਪ ਬਹਿ ਜਾਂਦੇ ਚੁੱਲ੍ਹੇ, ਵੀ ਆਪ ਨਿੱਕੇ ਮਖੌਲ ਕਰਨਾ, ਆਪ ਨਿੱਕੇ ਹੋ ਜਾਂਦੇ ਹੈ। ਆਹ ਦੇਖੋ ਜੀ ਪੱਕਦੀ। ਵਾਹ ਜੀ ਵਾਹ, ਵਾਹ ਜੀ ਵਾਹ। ਆਹ ਵੱਲ ਤਰੀਕਾ ਹਾਂਜੀ, ਹੱਥਾਂ ਵਿੱਚ ਹੀ ਥਾਪੜ ਕੇ ਬਣਾਤੀਆਂ ਵਧੀਆ। ਲਓ ਜੀ ਆ ਗਈ ਉੱਪਰ ਤਵੇ 'ਤੇ, ਤੁਹਾਨੂੰ ਦਿਖਾ ਰਹੇ ਹਾਂ ਜੀ ਸਰੋਤਿਓ ਵਿਰਸਾ, ਪੰਜਾਬ ਦਾ ਵਿਰਾਸਤ। ਆਹ ਦੇਖੋ ਅੰਦਰਲੇ ਪਾਸੇ ਕਰਦੇ ਹੁੰਦੇ ਦੀਦੀ, ਹੋਰ ਕਿੱਥੇ ਕਰਦੇ ਆ ਜੀ, ਅੱਗੇ ਬੁੜੀਆਂ ਕਰਦੀਆਂ ਜੀ ਸਿਆਣੇ ਇਹ ਜੇ ਕੰਮ, ਹਾਂ ਹੁਣ ਕਿੱਥੇ ਕਰਦੇ ਅੱਜ ਕੱਲ ਦੇ, ਅੱਜ ਕੱਲ ਨਹੀਂ ਕਰਦੇ ਨਾ, ਪਰ ਆਪਾਂ ਲਾ ਦੇਣੇ ਦੁਬਾਰਾ ਤੇ ਕਰਨੇ ਲਾ ਦੇਣੇ। ਹਾਂਜੀ ਆਹ ਦਿਖਾਤੀਆਂ ਨਾ ਜੀ ਆਪਾਂ, ਕਈ ਸਾਡੇ ਸਰੋਤੇ ਜਿਹੜੇ ਆ ਜੁੜਨਾ ਚਾਹੁੰਦੇ ਦੁਬਾਰਾ ਤੋਂ ਵਿਰਸੇ ਨਾਲ, ਉਹ ਰੱਜ ਲਏ ਘੁੰਮ ਕੇ ਮਾਡਰਨ ਹੋ ਕੇ, ਬਥੇਰਾ ਕੁਛ ਗੱਡੀਆਂ 'ਚ ਘੁੰਮ ਲਏ, ਬਥੇਰੇ ਪੱਕੇ ਫਰਸ਼ਾਂ 'ਚ ਘੁੰਮ ਲਏ, ਦੇਖ ਲਿਆ ਉਹਨਾਂ ਨੇ ਸਾਰਾ ਨਜ਼ਾਰਾ, ਪਰ ਜੋ ਮਜ਼ਾ ਇੱਥੇ ਹੈ ਹੈ ਚਿਹਰੇ 'ਤੇ ਮੁਸਕਰਾਹਟ ਪਹਿਲਾਂ ਆ ਜਾਵੇ। ਹਾਂਜੀ ਪਰ ਮਜ਼ਾ ਇਹਦੇ ਵਿੱਚ ਹੈ। ਨਾਲੇ ਰੋਟੀਆਂ ਬਣਾਓ, ਨਾਲੇ ਮਾਵਾਂ ਨੂੰ ਜਿਹੜਾ ਚਾਹ ਹੁੰਦਾ ਤਾਂ ਨਹੀਂ ਵਜੋਂ, ਜਿੱਦਾਂ ਤੁਸੀਂ ਯਾਦ ਕਰ ਰਹੇ ਵੀ ਬੱਚੇ ਕੋਲ ਬੈਠ ਕੇ ਖਾਂਦੇ ਸੀਗੇ, ਉਹ ਕਿਆ ਸੋਹਣਾ ਸਮਾਂ ਸੀਗਾ ਹੈ ਵੀ ਮੰਮੀ ਦੇਈ ਇੱਕ ਹੋਰ ਹੈ ਰੋਟੀ ਨਾਲੇ, ਉਹ ਮੈਂ ਤਾਂ ਹਾਕ ਮਾਰ ਲੈਂਦੀ ਆ ਜੋ ਮੇਰੇ ਕੋਲੇ ਬੈਠ ਕੇ ਖਾਓ। ਅੱਛਾ ਉਹਨਾਂ ਨੇ ਕੋਲੇ ਆ ਜਾਣਾ ਬੱਚਿਆਂ ਨੂੰ। ਹਾਂ ਦੇਖੋ ਜੀ ਯਾਦਾਂ ਨੇ ਮੈਨੂੰ ਤਾਂ ਆਪ ਆਪਣੀ ਮਾਤਾ ਦੀ ਰਸੋਈ ਯਾਦ ਆ ਗਈ, ਐਦਾਂ ਹੀ ਮੈਂ ਕੋਲ ਬੈਠ ਕੇ ਖਾਂਦਾ ਸੀਗਾ ਉਹਨਾਂ ਦੇ। ਹਾਂਜੀ ਤੇ ਉਹ ਚੁੱਲ੍ਹਾ ਇੱਦਾਂ ਹੀ ਬਲਦਾ ਸੀਗਾ, ਚੱਲ ਪਿਆ ਅੰਦਰ ਟੈਲੀਵਿਜ਼ਨ ਕੰਪਿਊਟਰ, ਉਹਨਾਂ ਦੇ ਮੂਹਰੇ ਕਹਿੰਦੇ ਲਿਆਓ ਸਾਨੂੰ ਰੋਟੀਆਂ ਜੀ, ਇਹ ਆਉਣਗੇ ਮੁੜ ਕੇ ਸਾਰੇ ਵਾਪਸ ਇਸੇ ਪਾਸੇ ਨੂੰ ਆਉਣਗੇ, ਮੈਂ ਤੁਹਾਨੂੰ ਦੱਸ ਦਿੱਤਾ ਹੈ। ਵਧੀਆ ਗੱਲ ਹੈ, ਥਾਲੀ 'ਚ ਹੋਰ ਪਾ ਦਿਓ,
ਜੇ ਆ ਜਾਣ ਤਾਂ ਵਧੀਆ ਨਾ ਜੀ, ਹੈ ਨਾਲੇ ਪਿਆਰ ਮੁਹੱਬਤ ਵਧੂਗਾ, ਨਾਲੇ ਗੱਲਾਂ ਮਾਰਾਂਗੇ ਇੱਕ ਦੂਜੇ ਨਾਲ ਇਕੱਠੇ ਹੋ ਕੇ ਬੈਠਦੇ ਤੇ। ਵਾਹ ਜੀ ਵਾਹ, ਆਹ ਦੇਖੋ ਜੀ ਆ ਗਈਆਂ ਰੋਟੀਆਂ ਲੱਥ ਲੱਥ ਕੇ ਆ ਰਹੀਆਂ, ਬੱਲੇ ਜੀ ਬੱਲੇ ਬੱਲੇ, ਔਰ ਖਾ ਕੇ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਸਰੋਤਿਓ, ਘਬਰਾਓ ਨਾ, ਸਭ ਕੁਛ ਹੋਊਗਾ। ਆਹ ਦੇਖੋ ਜੀ ਆ ਗਿਆ ਵੀ ਸਕੂਲ 'ਤੇ ਪੜ੍ਹ ਕੇ, ਆ ਜਾ ਫਿਰ ਤੈਨੂੰ ਪਤਾ ਇੱਧਰ ਕਿਆ ਹੋ ਰਿਹਾ ਕੰਮ, ਹੋ ਇੱਧਰ ਨੂੰ ਆ ਜਾ ਇੱਧਰ ਨੂੰ, ਅੱਗੇ ਨੂੰ ਆ ਜਾ ਆ ਜਾ, ਦਾਦੀ ਕੋਲ ਬੈਠ ਤੇ ਆ ਕੇ ਬੈਠ ਬੈਠ ਬੈਠ, ਤੇਰਾ ਵੀਡੀਓ ਬਣਦਾ ਪਿਆ ਦੂਰ ਤੱਕ ਜਾਣਾ, ਅਮਰੀਕਾ ਕਨੇਡਾ ਤੱਕ, ਬਹਿ ਜਾ ਇੱਥੇ, ਬਹਿ ਜਾ ਬਹਿ ਜਾ ਬਹਿ ਜਾ, ਆਹ ਦੇਖੋ ਜੀ ਬਿਠਾ ਲਿਆ ਸੀ। ਵਾਹ ਜੀ ਵਾਹ, ਕਦੀ ਇਹਦਾ ਬਾਪੂ ਕਹਿੰਦਾ ਸੀ ਹੁਣ ਅੱਜ ਇਹਨੂੰ ਬਿਠਾ ਲਿਆ ਸੀ ਅੱਜ, ਹੈਂ ਇੱਥੇ ਖਿਲਾਵਾਂਗੇ ਤੈਨੂੰ ਰੋਟੀਆਂ ਅੱਜ। ਹੋਰ ਆ ਗਿਆ ਸਕੂਲ 'ਤੇ ਪੜ੍ਹ ਕੇ, ਵਾਹ ਜੀ ਵਾਹ, ਆਹ ਚੰਗਾ ਲੱਗਿਆ ਤੈਨੂੰ ਰੋਟੀ ਬਾਕਰੀ ਇੱਦਾਂ, ਠੀਕ ਹੈ ਨਾ। ਸਾਊ ਮੁੰਡੇ ਆ ਜੀ ਇਹ, ਪਿੰਡਾਂ ਦੇ ਮੁੰਡੇ ਸਾਊ ਹੁੰਦੇ ਆ। ਆਹ ਦੇਖੋ ਜੀ ਰੋਟੀਆਂ ਪੱਕ ਰਹੀਆਂ ਨੇ ਬੜੇ ਪਿਆਰ ਨਾਲ, ਬੜੇ ਮੁਹੱਬਤ ਨਾਲ ਥਾਲੀਆਂ ਲੱਗ ਗਈਆਂ, ਔਰ ਇੰਨਾ ਮੁਹੱਬਤ ਪਿਆਰ ਸਰੋਤਿਓ ਸਾਨੂੰ ਮਿਲਦਾ, ਔਰ ਅਸੀਂ ਇਹਨਾਂ ਕੋਲ ਆਏ, ਇਹ ਖਿੜੇ ਮੱਥੇ ਸਾਰਾ ਕੁਝ ਸਾਡੇ ਵਾਸਤੇ ਹੋ ਰਿਹਾ, ਅੱਗ ਜਲਾਈ ਤਵੀ ਰੱਖੀ ਆਟਾ ਗੁੰਨ ਕੇ ਪਹਿਲਾਂ ਬੈਠੇ ਸੀਗੇ, ਔਰ ਆਹ ਦੇਖੋ ਜੀ ਰਾੜ ਰਾੜ ਕੇ ਇਹਨਾਂ ਨੇ ਰੋਟੀਆਂ ਸਾਨੂੰ ਖਿਲਾਣੀਆਂ। ਇਸ ਪਿਆਰ ਦੀ ਕਿੱਥੇ ਕੀਮਤ ਹੈ, ਹੈਂ ਕੋਈ ਕੀਮਤ ਨਹੀਂ, ਮੈਂ ਕਹਿੰਦਾ ਕਰੋੜਾਂ ਰੁਪਏ ਦਾ ਵੀ, ਕਰੋੜਾਂ ਰੁਪਏ ਦਾ ਮੁੱਲ ਵੀ ਲਾ ਲਈ ਤਾਂ ਵੀ ਘੱਟ ਹੈ, ਔਰ ਪਿਆਰ ਦੀ ਜਿਹੜੀ ਹੈ ਕੋਈ ਪਿਆਰ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਕੀ ਕਹਿੰਦੇ ਹੋ ਜੀ ਤੁਸੀਂ, ਪਿਆਰ ਮੁਹੱਬਤ ਤੋਂ ਉੱਪਰ ਹੈ ਕੁਛ ਨਾ ਜੀ, ਕੁਛ ਨਹੀਂ ਹੈ, ਕੁਛ ਨਹੀਂ ਨਾ ਹੈਗਾ, ਕਹਾਂ ਘਟੇ ਗਏ ਪਿਆਰ ਮੁਹੱਬਤਾਂ ਜੀ, ਬਹੁਤ ਘਟ ਗਈਆਂ, ਪਹਿਲੇ ਵਾਲੀਆਂ ਤਾਂ ਗੱਲਾਂ ਹੀ ਰਹੀਆਂ ਜੀ, ਹੁਣ ਪਹਿਲੇ ਵਾਲੀਆਂ ਗੱਲਾਂ ਨਹੀਂ ਰਹੀਆਂ, ਪਹਿਲਾਂ ਸਿਆਣੇ ਤਾਂ ਬਹੁਤ ਉਹ ਕਰਦੇ ਹੁੰਦੇ ਤੇ ਅਗਲੇ ਦਾ ਦੇਖੋ, ਅਸੀਂ ਤਾਂ ਅੱਜ ਰੌਣਕ ਲਾ ਤੀ ਆ ਕੇ, ਹਾਂਜੀ ਵਧੀਆ ਲੱਗਿਆ ਨਾ, ਬਹੁਤ ਵਧੀਆ ਲੱਗਿਆ, ਹਾਂ ਵਧੀਆ ਲੱਗਿਆ ਨਾ, ਦੇਖੋ ਪਿਆਰ ਦੀ ਪਛਾਣਨ ਦੀ ਲੋੜ ਹੈ, ਹੈਂਜੀ। ਮੈਂ ਲੰਘਦਾ ਵੜਦਾ ਤੁਰਦਾ ਫਿਰਦਾ ਆ ਗਿਆ ਪਿੰਡ, ਮਾਸਟਰ ਜੀ ਹਰੀ ਬੈਠੇ ਸੀਗੇ ਉੱਥੇ ਮਾੜੀ 'ਤੇ, ਉੱਥੇ ਗੱਲਾਂ ਬਾਤਾਂ ਹੋਈਆਂ, ਔਰ ਇਹਨਾਂ ਨੇ ਇੰਨਾ ਪਿਆਰ ਦਿੱਤਾ, ਮੁੜ ਕੇ ਮੈਂ ਦੁਬਾਰਾ ਵੀ ਆਇਆ, ਹੈਂਜੀ, ਔਰ ਇਹਨਾਂ ਨੇ ਬੜੇ ਚਾਅ ਨਾਲ, ਇਹਨਾਂ ਤੋਂ ਟਾਈਮ ਲੈ ਕੇ ਗਿਆ ਮੈਂ, ਕਹਿੰਦੇ ਜੀ ਪੱਕਣ ਗਿਆ ਤੁਸੀਂ ਜਿੰਨੀਆਂ ਮਰਜ਼ੀ ਆਓ, ਹੈਂਜੀ ਦਿਲ ਤੋਂ ਆਵਾਜ਼ ਦਿੱਤੀ ਇਹਨਾਂ ਨੇ ਵੀ ਆਓ, ਔਰ ਮੈਂ ਪਹੁੰਚ ਗਿਆ, ਔਰ ਤੁਸੀਂ ਬਣਾਈਆਂ ਬੜੇ ਪਿਆਰ ਨਾਲ, ਇਹੀ ਚੀਜ਼ ਹੈ ਜੀ, ਇਹਦੇ ਵਾਸਤੇ ਅਸੀਂ ਬੱਲੇ ਬੱਲੇ, ਹਾਂਜੀ ਖਾਊਂਗੇ ਜੀ ਖਾਊਂਗੇ, ਹਾਂ ਜਦ ਵੀ ਆਊਂਗੇ, ਆਹ ਦੇਖੋ ਜੀ ਆਹ ਗੱਲ ਕਰਤੀ, ਕਹਿੰਦੇ ਜਦ ਵੀ ਆਉਣਾ ਖਾ ਕੇ ਜਾਣੀ ਹੈ, ਜ਼ਰੂਰ ਜੀ ਜ਼ਰੂਰ, ਤੁਹਾਡਾ ਪਿਆਰ ਸਿਰ ਮੱਥੇ ਜ਼ਰੂਰ ਆਵਾਂਗੇ, ਹਾਂਜੀ। ਪਹਿਲਾਂ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ ਨਾ ਵੀ ਸੁੱਖ ਨਾਲ ਪ੍ਰਾਹੁਣੇ ਆਏ, ਹੈ ਨਾ, ਹਾਂਜੀ ਚਾਹ ਚੜ੍ਹ ਜਾਂਦਾ, ਜਿੱਦਾਂ ਹੁਣ ਤੁਹਾਡੇ ਚਿਹਰੇ 'ਤੇ ਮੈਨੂੰ ਦਿਖ ਰਿਹਾ ਵੀ ਤੁਸੀਂ ਬੜੇ ਪਿਆਰ ਨਾਲ ਬੜੀ ਖੁਸ਼ੀ ਨਾਲ ਬਣਾ ਰਹੇ ਹੋ, ਹੈ ਦੇਖੋ ਜੀ ਸਰੋਤਿਓ ਆਹ ਚੀਜ਼ਾਂ ਹੈ, ਜਿਹੜੇ ਨਵੇਂ ਬੱਚੇ ਵੀ ਨਵੀਂ ਜਨਰੇਸ਼ਨ ਵੀ ਹੈ ਉਹ ਵੀ ਦੇਖ ਲਓ ਇਸ ਤਰੀਕੇ ਨਾਲ ਕੰਮ ਹੁੰਦਾ, ਖੁਸ਼ੀ ਨਾਲ ਸ਼ੌਂਕ ਨਾਲ, ਔਰ ਰੋਟੀ ਖਿਲਾਣੀ ਆਏ ਗਏ ਨੂੰ ਘਰ ਦੇ ਨੂੰ, ਇਸ ਤੋਂ ਉੱਪਰ ਜਿਹੜਾ ਹੈ ਚਾਓ ਕੁਛ ਨਹੀਂ ਹੋ ਸਕਦਾ। ਔਰ ਅੱਜ ਕੱਲ੍ਹ ਜਿਹੜਾ ਹੈਗਾ ਕਈ ਵਾਰੀ ਇਹ ਵੀ ਹੋ ਗਿਆ, ਹੁਣ ਮਾਡਰਨ ਜਿਹੜੀਆਂ ਸ਼ਹਿਰਾਂ ਦੇ ਵਿੱਚ ਆ ਗਏ ਨਾ ਜੀ, ਉਹ ਕੋਈ ਆ ਜਾਂਦਾ ਘਰ ਤਾਂ ਕਹਿੰਦੇ ਹੁਣ ਇਹ ਆ ਗਿਆ, ਕਹਿੰਦੇ ਹੈਂਜੀ। ਔਰ ਪੁਰਾਣੀਆਂ ਮੈਨੂੰ ਯਾਦ ਹੈ ਸਾਡੀ ਮਾਤਾ ਕਹਿੰਦੀ ਹੁੰਦੀ ਸੀ ਵੀ ਸੁੱਖ ਨਾਲ ਐਤਕੀ ਆਟਾ ਨਾ ਜੀ 20 ਦਿਨੇ ਚੱਲਿਆ, ਸੁੱਖ ਨਾਲ ਸ਼ਬਦ ਲਾ ਦਿੰਦੀ ਸੀਗੀ, ਹੈਂ ਜੇ ਅੱਜ ਕੱਲ੍ਹ ਦਿਨ ਕਹੋਗੇ ਨਾ ਕਹੋਗੀ ਲੈ ਐਤਕੀ ਤਾਂ 15 ਦਿਨੇ ਚੱਲਿਆ ਆਟਾ, ਚੇਤੀ ਮੁੱਕ ਗਿਆ, ਉਹ ਸੁੱਖ ਨਾਲ ਲਾਉਂਦੀ ਸੀ ਸ਼ਬਦ ਨਾਲ, ਪੁਰਾਣੀਆਂ ਸਾਡੀਆਂ ਦਾਦੀਆਂ ਮਾਵਾਂ ਸਾਡੀਆਂ, ਹੈ ਨਾ, ਔਰ ਗੱਲ ਤਾਂ ਸੁੱਖ ਦੀ ਹੋਇਆ, ਹੈਂ ਜੇ ਛੇਤੀ ਮੁੱਕੇ ਤਾਂ ਸੁੱਖ ਦੀ ਗੱਲ ਹੈ, ਜੇ ਘਰ ਪ੍ਰਾਹੁਣੇ ਆਏ ਤਾਂ ਸੁੱਖ ਦੀ ਗੱਲ ਹੈ, ਹੈਂ ਵਾਹ ਜੀ ਵਾਹ, ਤਾਂ ਹੀ ਚਿਹਰੇ 'ਤੇ ਮੁਸਕਰਾਹਟ ਆਊਗੀ। ਵਾਹ ਜੀ ਵਾਹ, ਦੇਖੋ ਜੀ ਲੱਥ ਗਿਆ ਰੋਟੀਆਂ,
ਅੱਗੇ ਪ੍ਰਾਹੁਣੇ ਆਉਂਦੇ ਚਾਰ ਚਾਰ ਦਿਨ ਬੈਠੇ ਰਹਿੰਦੇ ਤੇ ਹੁਣ ਤਾਂ ਅਗਲਾ ਆਉਂਦਾ ਜਦੋਂ ਚੱਲਿਆ ਜਾਂਦਾ ਸੀ ਉਹ ਜਿਹੜਾ ਪ੍ਰਾਹੁਣਾ ਹੈਗਾ ਉਹਨੂੰ ਵੀ ਮੈਂ ਜਾਵਾਂ ਛੇਤੀ ਜਿਹਦੇ ਕੋਲ ਆਇਆ ਉਹ ਵੀ ਕਹਿੰਦਾ ਜਾ ਛੇਤੀ ਜਾਵੇ ਦੇਖੋ ਜੀ ਸਾਰਾ ਕੁਛ ਥੋੜਾ ਜਿਹਾ ਬਦਲ ਗਿਆ ਪਰੰਤੂ ਅਸੀਂ ਮੈਂ ਉਮੀਦ ਰੱਖਦਾ ਮੈਂ ਹੋਪਫੁਲ ਹੈ ਵੀ ਇਹ ਸਾਰਾ ਕੁਛ ਵਾਪਸ ਆਊਗਾ ਦੁਬਾਰਾ ਇਸੇ ਤਰ੍ਹਾਂ ਦੀ ਅਸੀਂ ਕੋਸ਼ਿਸ਼ ਕਰਦੇ ਬੱਲੇ ਬੱਲੇ ਫਿਲਮ ਜਾਂ ਰਿਕਾਰਡ ਚੈਨਲ ਤੇ ਅਸੀਂ ਆਹ ਚੀਜ਼ਾਂ ਦਿਖਾਉਣ ਪਹੁੰਚ ਜਾਂਦੇ ਸਪੈਸ਼ਲ ਦੇਖੋ ਹੈਨੀ ਵੀ ਆਹ ਸਮਾਂ ਆ ਜਾਵੇ ਦੁਬਾਰਾ ਤੋਂ ਏਦਾਂ ਰੋਟੀਆਂ ਪਕਾਉਣ ਮਾਵਾਂ ਬੱਚੇ ਕੋਲ ਬੈਠ ਕੇ ਖਾਣ ਹਾਂਜੀ ਜੀਆਂ ਦੀ ਰੌਣਕ ਹੁੰਦੀ ਹੈ ਨਾਲ ਜੀ ਬੈਠੇ ਹੁਣ ਫੁਲਕੇ ਲੱਥਦੇ ਹੁਣ ਮਾਂ ਪਕਾਉਂਦੀ ਹੋਵੇ ਹੈ ਔਰ ਮੱਖਣ ਪਾ ਪਾ ਦਿੰਦੀ ਸੀ ਮੇਰੀ ਮੰਮੀ ਤਾਂ ਮੈਨੂੰ ਹੈ ਉੱਪਰ ਤੇ ਵੀ ਹੋਰ ਲੈ ਲਓ ਵਿੱਚ ਨੂੰ ਚੁੰਡੀ ਵੱਢ ਕੇ ਵਿੱਚ ਪਾ ਦਿੰਦੀ ਸੀ ਹੈ ਏਦਾਂ ਕਰਦੇ ਜੀ ਹਾਂਜੀ ਹਾਂਜੀ ਉਹ ਵਿੱਚ ਚੁੰਡੀ ਜੀ ਪੱਟ ਕੇ ਨਾ ਜੀ ਹਾਂਜੀ ਅੱਜ ਕੱਲ੍ਹ ਦੇ ਦੇਖੋਗੇ ਕਿਉਂ ਪਾਤਾ ਮੈਨੂੰ ਇੰਨਾ ਮੱਖਣ ਆ ਵੀ ਕੋਲੇਸਟ੍ਰੋਲ ਹੋ ਜਾਊਗਾ ਨਾ ਆ ਦੇਖੋ ਜੀ ਘੂਰਦੇ ਆ ਇਹ ਨਹੀਂ ਹਾਂ ਮੰਮੀ ਡੈਡੀ ਬਾਹਰ ਹੈ ਥਾਲੀ ਲੱਗ ਗਈ ਇਧਰਲੇ ਪਾਸੇ ਘੁੱਗਾ ਸਾਹਿਬ ਵੀ ਆਏ ਬੈਠੇ ਨੇ ਘੁੱਗਾ ਸਾਹਿਬ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਠੀਕ ਲੱਗ ਰਿਹਾ ਬੇਬੇ ਜੀ ਨੂੰ ਸਤਿ ਸ੍ਰੀ ਅਕਾਲ ਆ ਦੇਖੋ ਜੀ ਰੋਟੀਆਂ ਪੱਕ ਗਈਆਂ ਪੁਰਾਣਾ ਜਿਹੜਾ ਹੈ ਵਿਰਸਾ ਹਾਂਜੀ ਤੇ ਬੇਬੇ ਜੀ ਸੰਭਾਲ ਕੇ ਰੱਖਿਆ ਹੋਇਆ ਆ ਦੇਖੋ ਤੁਹਾਡੇ ਸਾਹਮਣੇ ਇਹਨੇ ਚਾਹ ਨਾਲ ਰੋਟੀਆਂ ਪੱਕੀਆਂ ਤੁਹਾਨੂੰ ਖਿਲਾਣੀ ਅੱਜ ਅੱਜ ਦੇ ਟਾਈਮ 'ਚ ਗੈਸ ਚੁੱਲ੍ਹੇ ਰਹਿ ਗਏ ਹਾਂ ਪਰ ਇਹ ਜਿਹੜੇ ਚੁੱਲ੍ਹੇ ਹੈ ਇਹਦਾ ਸਾਗ ਦਾਲ ਬਣੀ ਹੋਈ ਤੇ ਰੋਟੀ ਜਿਹੜੀ ਹੈ ਹੁਣ ਜਿਹੜੀ ਰੋਟੀ ਇਹ ਸਪੈਸ਼ਲ ਬਣਾ ਰਹੇ ਹੈ ਹਾਂਜੀ ਇਹ ਅੱਜ ਦੀਆਂ ਜੇ ਆਪਾਂ ਕਹੀਏ ਕੁੜੀਆਂ ਨੂੰ ਸ਼ਾਇਦ ਨਹੀਂ ਆਉਂਦੀ ਹੋਣੀ ਆਪਾਂ ਲਾ ਦੇਣੇ ਜੀ ਸਿਖਾ ਦੇਣੇ ਸਾਰੇ ਟ੍ਰੇਨਡ ਕਰ ਦੇਣੇ ਆਪਾਂ ਆਪਾਂ ਚੈਨਲ ਇਸ ਕਰਕੇ ਬਣਾਇਆ ਹੋਇਆ ਹਾਂਜੀ ਆ ਸਾਰਾ ਪ੍ਰੋਸੀਜਰ ਦੇਖ ਲਿਆ ਉਹਨਾਂ ਨੇ ਤਵੀ ਤੇ ਰੱਖਤੀਆਂ ਜੇ ਨਹੀਂ ਕਿਸੇ ਨੇ ਉਹ ਦੂਆ ਚੁੱਲ੍ਹਾ ਵੀ ਬਾਲ ਸਕਦੇ ਨੇ ਹਾਂਜੀ ਗੈਸ ਤੇ ਵੀ ਬਣ ਜਾਂਦੀ ਆ ਦੇਖੋ ਜੀ ਆ ਰੱਖੀਆਂ ਹੋਈਆਂ ਚੀਥਾਂ ਆਹ ਦੇਸੀ ਵਿਰਸਾ ਸਾਡਾ ਵਾਹ ਜੀ ਵਾਹ ਜੀ ਵਾਹ ਆਹ ਕਿਚਨ ਹੁੰਦੀ ਸੀ ਇਸ ਤਰੀਕੇ ਦੀ ਸਾਈਡ 'ਤੇ ਕਰੀ ਹੋਈ ਦੀਵਾਰ ਹਲਕੀ ਜੀ ਔਰ ਇਧਰਲੇ ਪਾਸੇ ਚੁੱਲ੍ਹਾ ਬਣਿਆ ਹੋਇਆ ਲਓ ਜੀ ਰੁੜਕੀਆਂ ਰੁੜਕੀਆਂ ਆ ਗਈਆਂ ਜੀ ਬੱਲੇ 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 ਲੱਗ ਗਈਆਂ ਜੀ ਥਾਲੀਆਂ 'ਚ ਲੱਗ ਗਈਆਂ ਪਲੇਟਾਂ 'ਚ ਲੱਗ ਗਈਆਂ ਮੱਖਣੀ ਵੀ ਪੈ ਗਈ ਉੱਪਰ ਵਾਹ ਜੀ ਵਾਹ ਨਜ਼ਾਰਾ ਬੰਨ ਦਿੱਤਾ ਮਾਸਟਰ ਜੀ ਆਹ ਲਓ ਜੀ ਤੁਹਾਡੇ ਸਾਹਮਣੇ ਮੈਂ ਬੇਰੜੇ ਦੀ ਰੋਟੀ ਮੱਖਣੀ ਲੱਗ ਗਈ ਅਚਾਰ ਵੀ ਕੋਲੇ ਹੈਗਾ ਨਾਲ ਹੀ ਆਹ ਲਓ ਜੀ ਅਚਾਰ ਵੀ ਲੱਗ ਗਿਆ ਨਾਲ ਔਰ ਦਹੀਂ ਦੇ ਨਾਲ ਪਾ ਕੇ ਵਾਹ ਜੀ ਵਾਹ ਨਜ਼ਾਰਾ ਮੈਂ ਕਹਿੰਦਾ ਜੀ ਇੰਨਾ ਪਿਆਰ ਮੁਹੱਬਤ ਤੁਸੀਂ ਵਿੱਚ ਪਾਤਾ ਵੀ ਜ਼ਿੰਦਗੀ ਦਾ ਸਵਾਦ ਆ ਗਿਆ ਧਰਮੀ ਗੱਲ ਹੈ ਕਿਉਂ ਜੀ ਕਿਆ ਕਹਿੰਦੇ ਹੋ ਜਿਹੜੀ ਆਪਾਂ ਰੋਟੀ ਆਮ ਖਾਂਦੇ ਹਾਂ ਹਾਂਜੀ ਉਹਦਾ ਟੇਸਟ ਨਾਲੋਂ ਇਹ ਮੈਂ ਕਹਿੰਦਾ ਜੀ ਇਹ ਇੱਦਾਂ ਮਹਿਸੂਸ ਹੋ ਰਿਹਾ ਵੀ ਜਿਵੇਂ ਆਪਾਂ ਆਪਣੇ ਪੁਰਾਣੇ ਸਾਰੇ ਬਜ਼ੁਰਗ ਇਕੱਠੇ ਬੈਠੇ ਹੋਣ ਹਾਂ ਉਹ ਮਾਹੌਲ ਬਣਾ ਅੱਜ ਸਾਨੂੰ ਆਪਣੇ ਮਾਤਾ ਪਿਤਾ ਵੀ ਯਾਦ ਆ ਗਏ ਨਾ ਜੀ ਦੇਖਿਆ ਬਿਲਕੁਲ ਬਿਲਕੁਲ ਆਹ ਦੇਖੋ ਜੀ ਸਰੋਤੇ ਤੁਹਾਨੂੰ ਵੀ ਭੁੱਖ ਲੱਗ ਗਈ ਹੋਣੀ ਹੈ ਬਣਾਇਓ ਪਕਾਇਓ ਇਸ ਤਰੀਕੇ ਨਾਲ ਪਾਣੀ ਹੱਥੀ ਬੇਰੜੇ ਦੀ ਰੋਟੀ ਕੋਈ ਚੱਕਲਾ ਨਹੀਂ ਅਤੇ ਕੋਈ ਵੇਲਣਾ ਨਹੀਂ ਅਸੀਂ ਪਿਛਲੀ ਵਾਰੀ ਗੱਲ ਕਰੀ ਸੀ ਮਾਸਟਰ ਜੀ ਵੀ ਵੇਲਣੇ ਦਾ ਚੱਕਰ ਨਹੀਂ ਹੈਗਾ ਹੈ ਜੀ ਮੈਂ ਕਹਿੰਦਾ ਪਿਛਲੀ ਵਾਰੀ ਬਹੁਤ ਹਾਸਾ ਪਿਆ ਇਸ ਗੱਲ ਦਾ ਹੈ ਮੈਂ ਕਿਹਾ ਵੀ ਵੇਲਣਾ ਵੱਜਣ ਦਾ ਵੀ ਡਰ ਨਹੀਂ ਹੈਗਾ ਵੇਲਣੇ ਦੀ ਲੋੜ ਨਹੀਂ ਹੈ ਜੀ ਇਹਦੇ ਵਿੱਚ ਜਿਹੜਾ ਕਈ ਹਾਂਜੀ ਕਈ ਗੱਲਾਂ ਗੁੱਸੇ ਜਾ ਕੇ ਚੱਲ ਵੀ ਸਕਦਾ ਹੈ ਨਾ ਵੇਲਣਾ ਵੇਲਣੇ ਦਾ ਕੋਈ ਚੱਕਰ ਨਹੀਂ ਹੈ ਦੇਖੋ ਜੀ ਬੇਰੜੇ ਵਾਲੀ ਰੋਟੀ ਦਾ ਔਰ ਜਿਹੜੀ ਆਪਾਂ ਕਹਿੰਦੇ ਹਾਂ ਪਾਣੀ ਹੱਥੀ ਰੋਟੀ ਦਾ ਫਾਇਦਾ ਇਹ ਹੈ ਵੀ ਵੇਲਣਾ ਚੱਲਣ ਦਾ ਚਾਂਸ ਨਹੀਂ ਹੈਗਾ ਬਹੁਤ ਵਧੀਆ ਜੀ
ਵਾਹ ਜੀ ਵਾਹ, ਸ਼ੁਕਰੀਆ ਜੀ ਸ਼ੁਕਰੀਆ। ਇੰਨਾ ਪਿਆਰ ਮੁਹੱਬਤ ਕਿੱਥੇ ਲੱਭਣਾ ਸੀਗਾ। ਹਾਂਜੀ, ਔਰ ਇਹ ਜਿਹੜੇ ਸਰੋਤੇ ਦੇਖਣ ਵਾਲੇ ਨੇ ਜੀ ਬੱਲੇ ਬੱਲੇ ਫਿਲਮ ਦੇ ਰਿਕਾਰਡਸ, ਇਹ ਵੀ ਸਾਰੇ ਸਾਡੇ ਵਰਗੇ ਨੇ। ਇਹਦੇ ਥੱਲੇ ਇਹਨਾਂ ਨੇ ਲੰਮੇ ਲੰਮੇ ਕਮੈਂਟ ਕਰਨੇ ਨੇ। ਹੈਂਜੀ, ਇਹ ਜਿਹੜੇ ਸਰੋਤੇ ਦੇਖਣ ਵਾਲੇ ਨੇ ਜਿਹਨਾਂ ਨੇ ਵੀਡੀਓ ਦੇਖਣਾ, ਔਰ ਇਹਦੇ ਥੱਲੇ ਕਮੈਂਟ ਆਉਣੇ ਨੇ ਲੰਬੇ ਲੰਬੇ, ਔਰ ਸ਼ੇਅਰ ਵੀ ਕਰ ਲਿਓ ਜੀ ਦੱਬ ਕੇ। ਬੜੇ ਪਿਆਰ ਨਾਲ ਬਲਜਿੰਦਰ ਕੌਰ ਜੀ ਨੇ ਬਣਾਈਆਂ ਰੋਟੀਆਂ ਔਰ ਸਾਨੂੰ ਖਿਲਾਈਆਂ। ਵੱਧ ਤੋਂ ਵੱਧ ਇਹਨੂੰ ਵਲੌਗ ਨੂੰ ਸ਼ੇਅਰ ਕਰ ਦਿਓ, ਵਿਰਸਾ ਵਿਰਾਸਤ ਨੂੰ ਜੇਕਰ ਪੰਜਾਬੀਅਤ ਨੂੰ ਪਿਆਰ ਕਰਦੇ ਹੋ ਤਾਂ। ਦੇਖੋ ਜੀ ਚਿਮਟਾ, ਉਹ ਭੂਖਣੇ 'ਤੇ ਮਾਰਨਾ ਕੈਮਰਾ, ਮੈਂ ਭੂਖਣਾ ਅੱਗੇ ਨੂੰ ਕਰਿਆ ਮਾੜਾ ਜਿਹਾ, ਭੂਖਣਾ ਚਲਾ ਕੇ ਦਿਖਾਓ ਮੈਨੂੰ। ਉਹ ਮਾਤਾ ਸਾਡੀ ਚਲਾਉਂਦੀ ਜੀ, ਫੂਕਾ ਮਾਰਦੀ ਸੀ, ਮਾਰਿਓ ਜਿਹੜਾ ਫੂਕ ਇੱਕ। ਆ ਲਓ ਜੀ ਦੇਖੋ ਜੀ ਭੂਖਣਾ, ਇਹ ਆ ਹੈ ਅਸਲੀ ਗੱਲ। ਵਾਹ ਜੀ ਵਾਹ, ਆ ਆਵਾਜ਼ ਬੋਲਿਓ ਜਰਾ, ਨਜ਼ਾਰਾ ਆ ਗਿਆ ਜੀ, ਨਜ਼ਾਰਾ ਆ ਗਿਆ। ਮੈਂ ਪਹੁੰਚ ਗਿਆ ਆਪਣੇ ਬਚਪਨ ਵਿੱਚ, ਮਾਂ ਵਾਲੇ ਭੂਖਣੇ ਦੀ ਆਵਾਜ਼ ਅੱਜ ਮਹਿਸੂਸ ਹੋ ਗਈ ਜੀ। ਦੇਖੋ ਜੀ ਇੱਦਾਂ ਹੁੰਦਾ ਸੀਗਾ ਕੰਮ, ਔਰ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਦਸਾਰਨੇ ਪਿੰਡ ਦੇ ਵਿੱਚ ਅਸੀਂ ਆਏ, ਔਰ ਤੁਹਾਨੂੰ ਜਿਹੜੀ ਹੈ ਬੇਰੜੇ ਦੀ ਰੋਟੀ ਜਾਂ ਜਿਹਨੂੰ ਕਹਿ ਲਈਏ ਆਪਾਂ ਪਾਣੀ ਹੱਥੀ ਰੋਟੀਆਂ ਖਿਲਾਈਆਂ, ਮਾਤਾ ਜੀ ਨੇ ਬਲਜਿੰਦਰ ਕੌਰ ਜੀ ਨੇ ਬਣਾਈਆਂ। ਸ਼ੁਕਰੀਆ ਜੀ, ਮਿਹਰਬਾਨੀ ਵੀ ਆਹ ਜੇ ਵਾਪਸੀ ਕਰੀਏ ਤਾਂ ਚੰਗੀ ਗੱਲ ਹੈ। ਤੁਸੀਂ ਕਹਿੰਦੇ ਹੋ ਪੁਰਾਣੇ ਵਿਰਸੇ ਨੂੰ ਵਿਰਾਸਤ ਨੂੰ ਆਈਏ, ਜੇਕਰ ਦੇਸੀ ਚੁੱਲ੍ਹਿਆਂ ਪਰ ਆਈਏ ਤਾਂ ਚੰਗੀ ਗੱਲ ਹੈ। ਚੰਗੀ ਗੱਲ ਹੈ ਜੀ, ਹੈ ਬੈਠ ਕੇ ਟੱਬਰ ਰੋਟੀ ਖਾਈਏ, ਹੈ ਨਾ, ਸਾਰਾ ਟੱਬਰ ਬੈਠ ਕੇ ਖਾਓ, ਖੁਸ਼ੀ ਹੋਊਗੀ, ਹੈ ਨਾ, ਕਿੰਨੀ ਰੌਣਕ ਲੱਗੀ ਸਾਡੇ ਵਿਹੜੇ ਵਿੱਚ ਚੋਣ ਕੇ। ਆਏ ਹਾਏ 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 ਹਾਏ, ਰੌਣਕਾਂ ਚਾਹੀਦੀਆਂ ਨੇ ਸਾਨੂੰ, ਰੌਣਕ ਬਹੁਤ ਵਧੀਆ ਲੱਗਦੀ ਹੈ। ਹਾਂ ਸ਼ੁਕਰੀਆ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।